ਉਹਨਾਂ ਨੂੰ ਇਹ ਨਹੀਂ ਪਤਾ ਕਿ 26-27 ਕੇਸਾਂ ਦੇ ਵਿੱਚ ਜਿਹੜਾ ਬੰਦਾ ਇਨਵੋਲਵ ਆ ਉਹ ਇੱਕ ਜੈਡ ਸਿਕਿਉਰਿਟੀ ਪ੍ਰੋਟੈਕਟਰੀ ਦੇ ਕੋਲ ਇੱਕ ਸਾਈਡ 'ਤੇ ਖੜ੍ਹਾ ਹੋ ਕੇ ਉਹ ਕੁਝ ਵੀ ਕਰ ਸਕਦਾ। ਜੱਗੂ ਭਗਵਾਨਪੁਰੀ ਦਾ ਇਹ ਰਾਈਟ ਹੈਂਡ ਬੰਦਾ ਭਗਵਾਨਪੁਰ ਪਿੰਡ ਦੇ ਵਿੱਚ ਜੱਗੂ ਭਗਵਾਨਪੁਰੀਏ ਦੇ ਪਰਿਵਾਰ ਵੱਲੋਂ ਅੱਜ ਤੋਂ 20 ਦਿਨ ਪਹਿਲਾਂ ਉਹਦੇ ਪਿੰਡ 'ਚ ਇੱਕ ਗੁੰਡਾ ਨਾਚ ਕੀਤਾ ਗਿਆ। ਕੋਈ 100-150 ਗੱਡੀ ਉਹ ਵੀ ਮੈਂ ਤੁਹਾਨੂੰ ਉਹਦੀ ਵੀਡੀਓ ਭੇਜ ਦੇਵਾਂਗਾ। ਜੱਗੂ ਭਗਵਾਨਪੁਰੀਏ ਦੀ ਬਾਤਾਂ ਤੁਸੀਂ ਦੇਖੀ ਆ ਜਿਹੜੀ ਉੱਥੇ ਖੜ੍ਹੀ ਆ ਉੱਥੇ ਹਲਕਾ ਇੰਚਾਰਜ ਦੇ ਨਾਲ ਉਹਦੇ ਨਾਲ ਹੀ ਉਹਦੇ ਭਰਾ ਨੂੰ ਕੱਲ੍ਹ ਉੱਥੇ ਸਰੂਪਾ ਪਾਇਆ ਗਿਆ। ਉਹ ਬਾਹਰ ਲੋਕਾਂ ਨੂੰ ਮਠਿਆਈ ਵੰਡ ਰਿਹਾ ਕਿ ਮੈਂ ਸਰਪੰਚ ਬਣ ਕੇ ਮੰਤਰੀ ਜੀ ਨੇ ਜਿਹੜੇ ਹਰ ਸਬਜ਼ੀ ਦੇ ਪਤੀਲੇ 'ਚ ਜਾ ਕੇ ਚਮਚੇ ਮਾਰਨਾ ਪੈਂਦਾ ਟਮਾਟਰ ਕਿੱਥੇ ਗਏ ਟਮਾਟਰ ਕਿੱਥੇ ਗਏ ਅਤੇ ਆ ਉਹਦੇ ਨਾਲ ਮੰਤਰੀ ਜੀ ਆਪ ਹੱਥ ਮਿਲਾ ਰਿਹਾ ਜਿਹੜਾ ਭਗੌੜਾ ਆਦਮੀ ਆ ਖੜ੍ਹਾ ਲਾਲ ਪੱਗ ਕੀਤਾ। ਕਿਤੇ ਵੀ ਕੋਈ ਨਰੇਗਾ ਦਾ ਕੰਮ ਨਹੀਂ ਹੋ ਰਿਹਾ ਅਤੇ ਪੇਮੈਂਟਾਂ ਪੈ ਗਈਆਂ। ਯਾਰ ਜੀ ADC ਕਹੀ ਜਾਂਦਾ ਕੰਮ ਨਹੀਂ ਹੋ ਰਿਹਾ ਅਤੇ ਪੇਮੈਂਟਾਂ ਪੈ ਗਈਆਂ। ਯੂ ਆਰ ਏ ਪਬਲਿਕ ਸਰਵੈਂਟ, ਅਸੀਂ ਪਬਲਿਕ ਰਿਪ੍ਰੈਜੈਂਟੇਟਿਵ, ਕਿਸੇ ਦੇ ਬਾਪ ਦਾ ਆਫਿਸ ਨਹੀਂ, ਕਿਸੇ ਪਿਓ ਦਾ ਆਫਿਸ ਨਹੀਂ। ਇਹ ਕਈ DC ਆਉਣਗੇ ਅਤੇ ਕਈ ਜਾਣਗੇ, ਇਹ DC ਦਾ ਆਫਿਸ ਇਹੀ ਰਹੇਗਾ, ਇਹ ਪਬਲਿਕ ਲਈ ਖੁੱਲ੍ਹਿਆ ਰਹੇਗਾ। ਜਿਸ ਤਰੀਕੇ ਨਾਲ ਗੈਂਗਿਜ਼ਮ ਵੱਧ ਰਿਹਾ, ਜਿਵੇਂ ਗੈਂਗਸਟਰ ਵੱਧ ਰਹੇ ਨੇ, ਜਿਵੇਂ ਪਾਕਿਸਤਾਨ ਤੋਂ ਅਸਲਾ ਆ ਰਿਹਾ, ਜਿਸ ਤਰ੍ਹਾਂ ਚਿੱਟਾ ਹੋਮ ਡਿਲੀਵਰੀ ਸ਼ੁਰੂ ਹੋ ਗਈ ਆ, ਜਿਸ ਤਰੀਕੇ ਦੇ ਨਾਲ ਅਸਲਾ ਆ ਗਿਆ, ਅਕਾਲੀ ਦਲ ਪੰਜਾਬ 'ਚ ਮਰਦਾ ਅਤੇ ਪੰਜਾਬ ਦਾ ਨੁਕਸਾਨ ਹੋਊਗਾ। ਕਿ ਸੁਖਬੀਰ ਸਿੰਘ, ਕਿਰਪਾ ਕਰਕੇ ਅਕਾਲੀ ਦਲ ਬਚਾਉਣ ਲਈ ਤੂੰ ਬਿਜ਼ਨਸ ਕਰ, ਤੇਰਾ ਇੰਟਰਸਟ ਬਿਜ਼ਨਸ ਆ, ਅਤੇ ਅਕਾਲੀ ਦਲ ਨੂੰ ਬਚਾਉਣ ਲਈ ਕੋਈ ਇੱਕ ਬੰਦਾ ਖੜ੍ਹਾ ਕਰ ਦੇ, ਕਿੱਥੋਂ ਬਚੋ। ਬੇਸ਼ੱਕ ਅਕਾਲੀ ਦਲ ਮਾੜਾ ਗੋਲ ਕਚੋਰ ਆ, ਪੰਜਾਬ ਕਾਂਗਰਸ ਅਤੇ ਪੰਜਾਬ ਕਾਂਗਰਸ ਦੇ ਆਗੂ ਜਿਹੜੇ ਆ ਉਹ ਇਸ ਮੌਕੇ 'ਤੇ ਵੀ ਜਦੋਂ ਲੋਕ ਬੜੇ ਸ਼ਾਂਤੀਪੂਰਵਕ ਢੰਗ ਦੇ ਨਾਲ ਆਪ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਚੋੜਦੇ, ਇਹਦੇ ਵਿੱਚ ਵੀ ਰੰਗ 'ਚ ਭੰਗ ਜਿਹੜੀ ਉਹ ਪਾ ਦੇ। ਜੋ ਸੁਖਜਿੰਦਰ ਸਿੰਘ ਰੰਧਾਵਾ ਬੋਲ ਰਿਹਾ ਉਹਨੇ ਬੜੀ ਘਟੀਆ ਸ਼ਬਦਾਵਲੀ ਬੋਲੀ ਕਿ ਜਿਹੜੀ ਆਮ ਆਦਮੀ ਪਾਰਟੀ ਉਹ ਗੈਂਗਸਟਰਾਂ ਦਾ ਜਿਹੜਾ ਆਸਰਾ ਲੈ ਰਹੀ ਹੈ। ਅਸੀਂ ਨਾ ਕਿਸੇ ਨਸ਼ਾ ਮਾਫੀਏ ਦਾ, ਨਾ ਕਦੀ ਕਿਸੇ ਗੈਂਗਸਟਰ ਦਾ, ਨਾ ਕਸੀ ਕਿਸੇ ਗੁੰਡਾ ਬਦਮਾਸ਼ ਦਾ ਨਾ ਸਹਿਯੋਗ ਕੀਤਾ, ਨਾ ਕਿਸੇ ਨੂੰ ਸੁਰੱਖਿਆ ਛੱਤਰੀ ਦਿੱਤੀ, ਨਾ ਕਿਤੇ ਅੱਜ ਇਲੈਕਸ਼ਨ ਦੇ ਵਿੱਚ ਇੱਦਾਂ ਹੋ ਰਿਹਾ ਕਿ ਮੁਖਤਾਰ ਅੰਸਾਰੀ ਤੋਂ ਲੈ ਕੇ ਉਹਦੇ ਆਪਣੇ ਹਲਕੇ ਦੇ ਜਿਹੜੇ ਗੈਂਗਸਟਰ ਨੇ ਕੀ ਕੁਝ ਹੋਇਆ ਜੇਲ੍ਹਾਂ ਦੇ ਵਿੱਚ, ਕੀ ਕੁਝ ਹੁੰਦਾ ਰਿਹਾ, ਗੈਂਗਸਟਰ ਪੈਦਾ ਕੀਤੇ ਪੰਜਾਬ ਦੇ ਵਿੱਚ ਕਾਂਗਰਸ। ਜੋ ਪੰਜਾਬ ਦੇ ਵਿੱਚ ਪੰਚਾਇਤੀ ਰਾਜ ਦੀਆਂ ਚੋਣਾਂ ਹੋ ਰਹੀਆਂ ਅਤੇ ਜੋ ਬਦਲਾਅ ਦੇ ਨਾਂ 'ਤੇ ਪੰਜਾਬ ਦੇ ਲੋਕ ਨੇ ਬਦਲਾਅ ਲੈ ਕੇ ਆਏ ਔਰ 93 ਦੇ ਕਰੀਬ ਲੋਕਾਂ ਨੇ ਇਹਨਾਂ ਨੂੰ ਜਿਤਾ ਕੇ ਭੇਜਿਆ ਔਰ ਇੰਨੀ ਤਾਦਾਦ 'ਚ ਵੋਟਾਂ ਪਾਈਆਂ ਕਿ ਕਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇੰਨੀਆਂ ਕਦੀ ਵੋਟਾਂ ਦੇ ਨਾਲ ਕੋਈ MLA ਨਹੀਂ ਸੀ ਜਿੱਤ ਕੇ ਆਇਆ। ਕੱਲ੍ਹ ਜੋ ਗੁੰਡਾਗਰਦੀ ਕੱਲ੍ਹ ਜਾਂ ਪਰਸੋਂ ਜਾਂ 3 ਦਿਨ ਪਹਿਲਾਂ ਡੇਰ ਬਾਬਾ ਨਾਨਕ ਦੇ ਵਿੱਚ ਚੱਲਦੀ ਰਹੀ ਆ, ਮੈਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ। ਆ ਇੱਕ ਫੋਟੋ ਉੱਥੋਂ ਦਾ ਗੋਪੀ ਗੋਲੀ ਆ, ਮੈਂ ਪਰਸੋਂ ਇੱਥੇ ਕਲਾਨੌਰ ਵਾਲੇ ਬਲੋਕ ਦੇ ਵਿੱਚ ਗਿਆ ਔਰ ਮੈਂ ਜਿਹੜੀ ਸਟੇਟ ਦੀ ਜੈਡ ਜਿਹੜੀ ਪ੍ਰੋਟੈਕਟੀ ਹੈ, ਜੈਡ ਕੈਟੇਗਰੀ ਦਾ ਮੈਂ ਪ੍ਰੋਟੈਕਟੀ ਹਾਂ, ਉੱਥੇ ਤੁਸੀਂ ਦੇਖਿਆ ਹੋਣਾ ਇਹਦੇ ਵਿੱਚ ਹੁਣ ਜਿਹੜੀ ਲਾਸਟ ਪਿਕਚਰ ਜਿਹੜੀ ਦਿਖਾਈ ਗਈ ਆ ਉਹਦੇ ਵਿੱਚ ਆਹ ਬੰਦਾ
ਆਹ ਬੰਦਾ ਇੱਕ ਖੜਾ, ਇਹਦਾ ਨਾਂ ਗੋਪੀ ਗੋਲੀ ਆ, ਆਹ ਇਹਦੇ ਅਗਲੇ ਪਾਸੇ ਇੰਸਪੈਕਟਰ ਖੜਾ, ਦੋ DSP ਖੜ੍ਹੇ ਨੇ, ਦੋ SP ਖੜ੍ਹੇ ਨੇ, ਦੋ ਪੰਜਾਬ ਪੁਲਿਸ ਦੇ ਇੰਸਪੈਕਟਰ ਖੜ੍ਹੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ 26-27 ਕੇਸਾਂ ਦੇ ਵਿੱਚ ਜਿਹੜਾ ਬੰਦਾ ਇਨਵੋਲਵ ਆ ਉਹ ਇੱਕ ਜੈਡ ਸਿਕਿਉਰਿਟੀ ਪ੍ਰੋਟੈਕਟਰੀ ਦੇ ਕੋਲ ਇੱਕ ਸਾਈਡ 'ਤੇ ਖੜ੍ਹਾ ਹੋ ਕੇ ਉਹ ਕੁਝ ਵੀ ਕਰ ਸਕਦਾ। ਉਹ ਵੇਖੋ ਪਬਲਿਕ ਦੇ ਵਿੱਚ ਨਹੀਂ ਖੜ੍ਹਾ, ਜਦੋਂ ਤੁਸੀਂ ਦੁਬਾਰਾ ਚਲਾਓਗੇ ਤੁਹਾਨੂੰ ਸਾਰਿਆਂ ਨੂੰ ਭੇਜ ਦਾਂਗੇ, ਉਹ ਪਬਲਿਕ 'ਚ ਨਹੀਂ ਖੜ੍ਹਾ। ਮੈਂ ਇਹ DGP ਸਾਹਿਬ ਨੂੰ ਵੀ ਭੇਜੀ ਆ ਔਰ ਇਹਦੇ 'ਤੇ ਅੱਜ ਤੱਕ ਕੋਈ 4 ਦਿਨ ਤੋਂ ਲੈ ਕੇ ਅੱਜ ਤੱਕ ਇਹਦੇ 'ਤੇ ਕੋਈ ਐਕਸ਼ਨ ਨਹੀਂ ਹੋਇਆ। ਦੂਜੀ ਚੀਜ਼, ਜੱਗੂ ਭਗਵਾਨਪੁਰੀ ਦਾ ਇਹ ਰਾਈਟ ਹੈਂਡ ਬੰਦਾ, ਭਗਵਾਨਪੁਰ ਪਿੰਡ ਦੇ ਵਿੱਚ ਜੱਗੂ ਭਗਵਾਨਪੁਰੀਏ ਦੇ ਪਰਿਵਾਰ ਵੱਲੋਂ ਅੱਜ ਤੋਂ 20 ਦਿਨ ਪਹਿਲਾਂ ਉਹਦੇ ਪਿੰਡ 'ਚ ਇੱਕ ਗੁੰਡਾ ਨਾਚ ਕੀਤਾ ਗਿਆ। ਕੋਈ 100-150 ਗੱਡੀ, ਉਹ ਵੀ ਮੈਂ ਤੁਹਾਨੂੰ ਉਹਦੀ ਵੀਡੀਓ ਭੇਜ ਦੇਵਾਂਗਾ। ਉਹਦੇ ਪਿੰਡ ਦੇ ਵਿੱਚ ਉਹ ਗੱਡੀਆਂ ਲੈ ਕੇ ਆਪਣੇ ਪਿੰਡ 'ਚ ਲੋਕਾਂ ਨੂੰ ਟੈਰਰਾਈਜ਼ ਕਰ ਰਿਹਾ। ਉਹਦਾ ਕੋਈ ਭਰਾ ਕੋਈ ਜੱਗੂ ਕਿ ਗਗਨ ਹੈ, ਪਤਾ ਨਹੀਂ ਉਹਦਾ ਨਾਮ ਕੀ ਆ, ਉਹਦਾ ਮੈਨੂੰ ਨਾਂ ਨਹੀਂ ਪਤਾ, ਅਤੇ ਉਹਦੀ ਮਾਤਾ, ਉਹ ਦੋਨੋਂ ਉੱਥੇ ਘੁੰਮਦੇ ਨੇ ਔਰ ਲੋਕਾਂ ਨੂੰ ਟੈਰਰਾਈਜ਼ ਕਰ ਰਹੇ ਨੇ। ਕੱਲ੍ਹ ਜਿਹੜਾ ਹੋਇਆ ਇੰਸੀਡੈਂਟ, ਉੱਥੋਂ ਦਾ ਜਿਹੜਾ ਸੋ ਕਾਲਡ ਜਿਹਦਾ ਆਪਣਾ ਕਰੈਕਟਰ ਵੀ ਡੂਬੀਅਸ ਆ, ਜਿਸ ਵੇਲੇ ਉਹਦਾ ਕਦੇ ਕਰਾਂਗੇ, ਮੈਂ ਕਰਾਂਗਾ ਹੋਮ ਮਿਨਿਸਟਰ ਆਫ ਇੰਡੀਆ ਦੇ ਨਾਲ ਮੁਲਾਕਾਤ ਕਰਾਂਗਾ। ਮੈਂ ਚਿੱਠੀ ਅੱਜ ਲਿਖੀ ਆ ਕਿ ਮੈਂ ਬਾਰਡਰ ਡਿਸਟ੍ਰਿਕਟ 'ਚ ਰਹਿਣ ਵਾਲਾ ਔਰ ਆਪਣਾ ਮੇਰਾ ਏਰੀਆ ਵੀ ਬਾਰਡਰ ਦਾ। ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖੀ ਆ, DGP ਸਾਹਿਬ ਨੂੰ ਵੀ ਲਿਖੀ ਆ ਕਿ ਮੈਨੂੰ ਟਾਈਮ ਦਿੱਤਾ ਜਾਏ ਔਰ ਮੈਂ ਮਿਲਣਾ ਵੀ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ। ਪਰਮਾਤਮਾ ਉਹਨਾਂ ਨੂੰ ਛੇਤੀ ਸਿਹਤ ਜਾਪ ਕਰੇ ਔਰ ਉਹ ਜਿਹੜੇ 93 'ਤੇ ਲੈ ਕੇ ਆਏ ਸੀ ਸੀਟਾਂ, ਅਤੇ ਉਹ 93 33 'ਤੇ ਪਹੁੰਚ ਗਏ ਨੇ, ਅਤੇ ਵਾਹਿਗੁਰੂ ਉਹਨਾਂ ਦੀ ਲੰਬੀ ਉਮਰ ਕਰੇ ਕਿ ਕਾਂਗਰਸ ਉਹਨਾਂ ਨੂੰ 0 ਤੇ ਲੈ ਕੇ ਆਏਗੀ। ਇਸ ਲਈ ਮੈਂ ਉਹਨਾਂ ਨੂੰ ਮਿਲਣਾ ਵੀ ਚਾਹੁੰਦਾ ਅਤੇ ਉਹਨਾਂ ਨਾਲ ਗੱਲ ਕਰਨੀ ਵੀ ਚਾਹੁੰਦਾ। ਉਹਦੇ ਵਿੱਚ ਜੱਗੂ ਭਗਵਾਨਪੁਰੀ ਦੀ ਮਾਤਾ ਤੁਸੀਂ ਦੇਖੀ ਆ, ਜਿਹੜੀ ਉੱਥੇ ਖੜ੍ਹੀ ਆ ਉਸੇ ਹਲਕਾ ਇੰਚਾਰਜ ਦੇ ਨਾਲ, ਉਹਦੇ ਨਾਲ ਹੀ ਉਹਦੇ ਭਰਾ ਨੂੰ ਕੱਲ੍ਹ ਉੱਥੇ ਸਰੂਪਾ ਪਾਇਆ ਗਿਆ। ਉਹ ਬਾਹਰ ਲੋਕਾਂ ਨੂੰ ਮਠਿਆਈ ਵੰਡ ਰਿਹਾ ਕਿ ਮੈਂ ਸਰਪੰਚ ਬਣ ਕੇ ਆ ਗਿਆ। ਇਹ ਫਿਰ ਸਰਪੰਚੀ ਕਾਹਦੀ ਆ, ਉਹਦੇ ਨਾਲ ਅਗਲੇ ਪਿੰਡ 'ਚ ਚਲੇ ਜਾਓ। ਇੱਕ ਸਾਡਾ ਪਿੰਡ ਆ ਡੇਰੀਵਾਲ ਕਿਰਨ, ਤੁਸੀਂ ਵੇਖਿਆ ਜਿਹੜੀ ਸਾਹਮਣੇ ਗੋਲੀਆਂ ਚੱਲਦੀਆਂ ਜਾ ਰਹੀਆਂ ਨੇ, 3 ਮਹੀਨੇ ਹੋ ਗਏ ਨੇ ਉੱਥੇ ਗੋਲੀਆਂ ਚੱਲੀਆਂ, ਸ਼ਰੇਆਮ ਚੱਲੀਆਂ, ਗੋਲੀਆਂ ਲੱਗੀਆਂ ਹੌਸਪੀਟਲ 'ਚੋਂ। ਪੁਲਿਸ ਨੇ ਆਪਣਾ ਬੰਦਾ ਉੱਥੇ ਬਿਠਾ ਦਿੱਤੇ ਉਹਨਾਂ ਦੇ ਨਾਲ, ਪੁਲਿਸ ਦਾ ਪੁਲਿਸ ਪ੍ਰੋਟੈਕਸ਼ਨ, ਉਹਨੂੰ ਪੁਲਿਸ ਦੇ ਦਿੱਤੀ ਕਿ ਇਹਨਾਂ ਨੂੰ ਅਰੈਸਟ ਕਰਨਾ, ਅਰੈਸਟ ਭਾਰਤ ਦੀ ਪੁਲਿਸ ਦੀ ਕਸਟਡੀ 'ਚੋਂ 3ੋਂ ਹੀ ਬੰਦੇ ਦੌੜ ਗਏ, ਅੱਜ ਤੱਕ ਨਹੀਂ ਫੜੇ ਗਏ। ਅਤੇ ਆਹ ਜਿਹੜੇ ਮੰਤਰੀ ਜੀ ਨੇ ਜਿਹੜੇ ਹਰ ਸਬਜ਼ੀ ਦੇ ਪਤੀਲੇ 'ਚ ਜਾ ਕੇ ਚਮਚੇ ਮਾਰਨਾ ਪੈਂਦੇ, ਟਮਾਟਰ ਕਿੱਥੇ ਗਏ, ਟਮਾਟਰ ਕਿੱਥੇ ਗਏ, ਅਤੇ ਆਹ ਉਹਦੇ ਨਾਲ ਮੰਤਰੀ ਜੀ ਆਪ ਹੱਥ ਮਿਲਾ ਰਿਹਾ, ਜਿਹੜਾ ਭਗੌੜਾ ਆਦਮੀ ਆ ਖੜਾ ਲਾਲ ਪੱਗ ਵਾਲਾ, ਇਹਦਾ ਨਾਂ ਨਹੀਂ ਮੈਨੂੰ ਪਤਾ, ਡੇਰੀਵਾਲ ਹੈਪੀ ਹੈ ਇਹਦਾ ਨਾਂ, ਡੇਰੀਵਾਲ ਕਿਰਨ ਤੋਂ। ਔਰ ਇਹਦੇ ਨਾਲ ਪੁਲਿਸ ਵੀ ਉੱਥੇ ਖੜ੍ਹੀ ਹੈ, ਉੱਥੇ DSP ਖੜ੍ਹਾ, ਉੱਥੇ ਉਸੇ ਪੁਲਿਸ ਸਟੇਸ਼ਨ ਦਾ ਉਹਦਾ ਨਾਮ ਆ ਵਿਕਰਮ ਸਿੰਘ, ਕੋਈ ਸਬ ਇੰਸਪੈਕਟਰ ਉਹ ਵੀ ਨਾਲ ਖੜ੍ਹਾ, ਕਿਸੇ ਨੇ ਇਹਨਾਂ ਨੂੰ ਨਹੀਂ ਕੀਤਾ। ਦੂਸਰੀ ਚੀਜ਼ ਆਹ ਵੇਖੋ, ਆਮ ਆਦਮੀ ਪਾਰਟੀ ਦਾ ਜਿਹੜਾ ਇੰਚਾਰਜ ਇਹ ਜਿਹੜਾ ਵਿੱਚ ਆ ਖੜ੍ਹਾ ਨੀਲੀ ਪੱਗ ਵਾਲਾ ਜਿਹੜਾ ਗੋਲੀਆਂ ਚਲਾਉਂਦਾ ਜਾ ਰਿਹਾ, ਇਹ ਆਮ ਆਦਮੀ ਪਾਰਟੀ ਦਾ ਬਲੋਕ ਪ੍ਰੈਜ਼ੀਡੈਂਟ ਆ, ਅਤੇ ਉਹਨੂੰ ਕੱਲ੍ਹ ਲੱਡੂ ਪਾ ਰਹੇ ਨੇ ਉੱਥੋਂ ਦੇ ਇੰਚਾਰਜ ਸਾਹਿਬ। ਬਹੁਤ ਵਧੀਆ ਕੰਮ ਕੀਤਾ ਅਤੇ ਇਹ ਹੋਰ ਦੁਨੀਆ ਬਾਹਰ, ਅਤੇ ਅਸੀਂ ਤੈਨੂੰ ਹੋਰ ਕਰਾਂਗੇ। ਅੱਜ ਦੇ ਵਿੱਚ ਉਸੇ ਹੀ ਪਿੰਡ 'ਚ
SHO ਆ ਦੇਖੋ ਉੱਥੋਂ ਦਾ ਮੇਰਾ ਨਾਮ ਬਿਕਰਮ ਸਿੰਘ ਹੈ, ਮੇਜਰ ਬਿਕਰਮ ਸਿੰਘ ਨੇ, ਮੇਜਰ ਸਿੰਘ ਇੰਸਪੈਕਟਰ, ਇਹ ਸਬ ਇੰਸਪੈਕਟਰ, ਇਹ ਗੱਡੀ ਤੋੜ ਰਿਹਾ ਕਾਂਗਰਸੀਆਂ ਦੇ ਉੱਤੇ ਕੇਸ ਬਣਾਉਣ ਦੀ। ਵੀਡੀਓ ਤੁਹਾਡੇ ਕੋਲ ਆ ਜਾਏਗੀ, ਵੀਡੀਓ ਚਲਾ ਦਿਓ, ਇਹ ਜਿੱਤੇ ਤੁਹਾਨੂੰ ਕਲਿੱਪ ਹੀ ਦਿਖਾਏ ਨੇ। ਇਹ ਮੈਂ ਇਸ ਕਰਕੇ ਕਰ ਰਿਹਾ ਕਿ ਅੱਜ ਜੋ ਪੰਜਾਬ ਦੇ ਵਿੱਚ ਇਕੱਲੀ ਇੱਥੇ ਨੇ, ਕੱਲ੍ਹ ਕੁਲਵੀਰ ਸਿੰਘ ਜੀਰਾ ਦੇ ਉੱਤੇ ਤੁਹਾਡੀਆਂ ਅਖਬਾਰਾਂ ਨੇ ਲਿਖਿਆ ਕਿ ਟਰੈਕਟਰ ਜਿਹੜਾ ਆ ਰਿਹਾ ਉਹਦੇ ਵਿੱਚ ਕੁਲਵੀਰ ਸਿੰਘ ਜੀਰਾ ਦੇ ਉੱਤੇ ਹਮਲਾ ਕਰ। ਅਤੇ ਇੱਕ ਚੀਜ਼ ਹੋਰ ਸੁਣੋ, ਜਿੰਨੀਆਂ ਗੱਲਾਂ ਕੀਤੀਆਂ ਨਰੇਗਾ ਦੀਆਂ, ਇਹ ਅੱਜ ਤੱਕ ਇੰਪਲੀਮੈਂਟ ਕੀਤੀ ਹੈ ਵਿਦ ਪਰੂਫ ਦਿੱਤਾ ਕਿ ਨਰੇਗਾ ਦੇ ਵਿੱਚ ਤੁਹਾਡੇ ਮੁਲਾਜ਼ਮ ਸ਼ਰਿਆਂ ਪੈਸੇ ਖਾ ਰਹੇ ਨੇ। DC ਔਰ ADC ਨੇ ਕੋਈ ਐਕਸ਼ਨ ਨਹੀਂ ਲਿਆ। ਉਹ ਹੁਣ ਉੱਥੇ ਮੈਂ ਕੰਪਲੇਂਟ ਕੀਤੀ ਸੀ ਗਵਰਨਮੈਂਟ ਆਫ ਇੰਡੀਆ 'ਚ, ਉਹ ਵੀ ਵਾਪਸ ਆ ਰਹੀ ਹੈ ਕਿ ਪੰਚਾਇਤ ਇਲੈਕਸ਼ਨਾਂ ਚੱਲ ਗਈਆਂ, ਉਹ ਵੀ ਹੁਣ ਇੱਕ ਇੱਕ ਪਿੰਡ। ADC ਮੰਨਿਆ ਮੀਟਿੰਗ 'ਚ, ਕਹਿੰਦਾ ਰੰਧਾਵਾ ਸਾਹਿਬ ਜਿਹੜੀਆਂ ਤੁਸੀਂ ਕਹੀਆਂ ਨੇ ਇਹਨਾਂ ਦੇ ਵਿੱਚੋਂ ਮੈਂ ਆਪ ਵਿਜ਼ਿਟ ਕੀਤਾ, ਕਿਤੇ ਵੀ ਕੋਈ ਨਰੇਗਾ ਦਾ ਕੰਮ ਨਹੀਂ ਹੋ ਰਿਹਾ ਅਤੇ ਪੇਮੈਂਟਾਂ ਪੈ ਗਈਆਂ। ਯਾਰ ਜੀ, ADC ਕਹੀ ਜਾਂਦਾ ਕੰਮ ਨਹੀਂ ਹੋ ਰਿਹਾ ਅਤੇ ਪੇਮੈਂਟਾਂ ਪੈ ਗਈਆਂ, ਅਤੇ ਫਿਰ ਇਹਨਾਂ ਨੇ ਹੋਰ ਕਰਨਾ ਕੀ ਆ? ਕਿਹਨੂੰ? ਮੈਂ ਕਿਹਾ ADC ਸਾਹਿਬ ਕੱਲ੍ਹ ਵੀ ਕਿਹਾ ਵੀ ADC ਸਾਹਿਬ ਤੁਸੀਂ ਕਹਿਤਾ ਹੋਇਆ ਨਹੀਂ ਅਤੇ ਤੁਸੀਂ ਐਕਸ਼ਨ ਕਿੰਨੇ ਕਰਨਾ? ਅਤੇ ਇਹ ਜ਼ਰੂਰ ਕਿਹਾ ਕਿ ਜਦੋਂ ਉਹਨੇ ਕਿਹਾ ਉੱਥੇ, ਅਸੀਂ ਕਿਹਾ ਕਿ ਯੂ ਆਰ ਏ ਪਬਲਿਕ ਸਰਵੈਂਟ, ਅਸੀਂ ਪਬਲਿਕ ਰੀਪ੍ਰਜੈਂਟੇਟਿਵ ਹਾਂ, ਕਿਸੇ ਦੇ ਬਾਪ ਦਾ ਆਫਿਸ ਨਹੀਂ, ਕਿਸੇ ਪਿਓ ਦਾ ਆਫਿਸ ਨਹੀਂ। ਇਹ ਕਈ DC ਆਉਣਗੇ ਅਤੇ ਕਈ ਜਾਣਗੇ, ਇਹ DC ਦਾ ਆਫਿਸ ਇਹੀ ਰਹੇਗਾ, ਇਹ ਪਬਲਿਕ ਲਈ ਖੁੱਲ੍ਹਿਆ ਰਹੇ। ਆਹ ਤਾਂ ਹੁੰਦੀ ਆ ਚੀਫ ਮਿਨਿਸਟਰੀ, ਇਹ ਨਹੀਂ ਹੁੰਦੀ ਕਿ ਲੁੱਟ ਕੇ ਲੈ ਜਾਓ ਅਤੇ ਕਹੋ ਕਿ ਹਮ ਬਦਲਾਵ ਲੈਕਰ ਆਏ ਹੈਂ। ਹੋਰ ਸੁਣ ਲਓ, DC ਨੂੰ ਮੈਂ ਕੱਲ੍ਹ ਕਿਹਾ, ਮੈਂ ਕਿਹਾ ਉਹਦੀ ਕਿਤੇ ਕਢਾਇਓ ਜਿਹੜੀ ਇਹਦੀ ਫਸਟ ਇੰਟਰਵਿਊ ਆ DC ਦੀ। ਉੱਥੇ ਉਹਨੇ ਕਿਹਾ ਕਹਿੰਦਾ ਮੇਰੀ ਡਿਊਟੀ ਲੱਗੀ ਆ ਬਾਈ ਇਲੈਕਸ਼ਨ ਘਰ ਦੀ ਜਿਮਨੀ ਚੋਣ, ਇਹ ਤੁਸੀਂ 3 ਵਜੇ ਨਾ ਅਨਾਊਂਸ ਹੋਣ ਦਿਓ। ਉਹੋ ਹੀ ਮੈਂ ਜਿਹੜੀ ਇਹਨੇ ਇੰਟਰਵਿਊ ਦਿੱਤੀ ਆ ਨਾ ਜਿਮਨੀ ਚੋਣ ਦੀ, ਅਤੇ ਜਿਮਨੀ ਚੋਣ 'ਤੇ ਫਿਰ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਰੀਲ ਦੇਖ ਕੇ ਜਿਮਨੀ 'ਤੇ ਆਪਾਂ ਦੇਖਾਂਗੇ। ਨਹੀਂ, ਇਹਦਾ ਪੂਰਾ ਲਿਖਿਆ ਕਿ ਇਹਨੇ ਮੈਂਬਰ ਪਾਰਲੀਮੈਂਟ ਦੀ ਤੋਹੀਨ ਕੀਤੀ ਆ, ਉਹਨੇ ਡਿਸਗ੍ਰੇਸ ਦਿਖਾਈ ਆ, ਔਰ ਮੈਂਬਰ ਪਾਰਲੀਮੈਂਟ ਨੂੰ ਕਿਹਾ ਜਾਓ ਜੀ। ਔਰ ਇਹ ਵੀ ਲਿਖਿਆ ਮਾਹੌਲ, ਇਹਦੇ 'ਚ ਇਹ ਵੀ ਲਿਖਿਆ ਕਿ ਜਿਸ ਦਿਨ ਦਿਸ਼ਾ ਕਮੇਟੀ ਦੀ ਮੈਂ ਮੀਟਿੰਗ 'ਚ ਗਿਆ, ਇਹ ਬੰਦਾ ਮੈਨੂੰ ਰਿਸੀਵ ਕਰਨੀ ਆ, ਉਹਨੂੰ ਮੈਂ ਇਗਨੋਰ ਕਰ ਦਿੱਤਾ ਏ। ਪਰ ਮੈਂ ਅੱਜ ਦੱਸ ਰਿਹਾ ਕਿ ਦਿਸ਼ਾ ਕਮੇਟੀ 'ਚ ਰਿਸੀਵ ਕਰਨ ਵੀ ਨਹੀਂ ਆਇਆ, ਔਰ CF ਕਰਨ ਵੀ ਨਹੀਂ ਆਇਆ। ਇਹਦੇ 'ਤੇ ਸਟ੍ਰਿਕਟ ਐਕਸ਼ਨ ਲਿਆ ਜਾਏ, ਔਰ ਇਹ ਸਪੀਕਰ ਸਾਹਿਬ ਨੂੰ ਮੈਂ ਆਪ ਜਾ ਕੇ ਬਾਈ ਹੈਂਡ ਇਹ ਆਪਣੀ ਕੰਪਲੇਂਟ ਦੇਵਾਂਗਾ। ਇੱਕ ਜਿਹੜੀ ਆਲਰੇਡੀ ਕੱਲ੍ਹ ਭੇਜ ਦਿੱਤੀ, ਦੁਬਾਰਾ ਸਿਗਨੇਚਰ ਕਰਕੇ ਉਹਨਾਂ ਨੂੰ ਸਬਮਿਟ ਕਰਾਂਗਾ। ਦੂਸਰੀ ਚੀਜ਼, ਪੰਜਾਬ ਦੇ ਹਾਲਾਤ ਦੇ ਉੱਤੇ ਅਸੀਂ, ਮੈਂ ਆਪਣੇ ਪ੍ਰਧਾਨ ਨੂੰ ਵੀ ਅਪੀਲ ਕਰੂੰਗਾ, ਸਰਦਾਰ ਅਮਰਿੰਦਰ ਰਾਜੇ ਵੜਿੰਗ ਨੂੰ, ਕਿ ਆਪਾਂ ਇਕੱਠੇ ਹੋ ਕੇ ਹੋਮ ਮਿਨਿਸਟਰ ਸਾਹਿਬ ਕੋਲ ਟਾਈਮ ਲਈਏ। ਜੋ ਪੰਜਾਬ ਦੇ ਹਾਲਾਤ ਨੇ, ਜਿਸ ਤਰੀਕੇ ਨਾਲ ਗੈਂਗਿਜ਼ਮ ਵੱਧ ਰਿਹਾ, ਜਿਵੇਂ ਗੈਂਗਸਟਰ ਵੱਧ ਰਹੇ ਨੇ, ਜਿਵੇਂ ਪਾਕਿਸਤਾਨ ਤੋਂ ਅਸਲਾ ਆ ਰਿਹਾ, ਜਿਸ ਤਰ੍ਹਾਂ ਚਿੱਟਾ ਹੋਮ ਡਿਲੀਵਰੀ ਸ਼ੁਰੂ ਹੋ ਗਈ ਆ, ਜਿਸ ਤਰੀਕੇ ਦੇ ਨਾਲ ਅਸਲਾ ਆ ਗਿਆ, ਇਹਦੇ 'ਚ ਸਾਨੂੰ ਧਿਆਨ ਦੇਣਾ ਪਵੇਗਾ। 50 ਕਿਲੋਮੀਟਰ ਤੱਕ ਗਵਰਨਮੈਂਟ ਆਫ ਇੰਡੀਆ ਕਹਿੰਦੀ ਆ ਕਿ BSF ਦਾ ਕੰਟਰੋਲ ਆ, ਅਤੇ ਫਿਰ ਕਿਉਂ ਨਹੀਂ ਗਵਰਨਮੈਂਟ ਆਫ ਇੰਡੀਆ ਕਰ ਰਹੀ? ਜਾਂ ਤਾਂ ਉੱਠ ਕੇ ਚਲੀ ਜਾਏ ਪਹਿਲੇ ਵਾਂਗੂ, ਅਤੇ ਜਾਂ ਫਿਰ ਪੰਜਾਬ ਪੁਲਿਸ ਦੇ ਨਾਲ ਇਹ ਸਹਿਯੋਗ ਕਰਕੇ ਅਤੇ ਇਹਨਾਂ ਨੂੰ ਗੁੰਡਿਆਂ ਨੂੰ ਨੱਥ। ਉੱਥੋਂ ਕਈਆਂ ਪਿੰਡਾਂ 'ਚੋਂ ਪਿਸਟਲ ਫੜੇ ਜਾਂਦੇ ਨੇ ਅਤੇ ਦੂਜੇ ਦਿਨ ਯਾਰ ਜ਼ਮਾਨਤ ਹੋ ਜਾਂਦੀ ਹੈ। ਕਿਉਂ ਹੁੰਦੀ ਆ? ਇਲੀਗਲ ਵੈਪਨਸ ਫੜੇ ਜਾਂਦੇ ਨੇ,
ਉਹ ਮੈਂ ਲੋਕਾਂ ਵਿੱਚ ਗੱਲ ਹੀ ਦੱਸੀ, ਇੱਕ ਪਿੰਡ 'ਚ ਪੈ ਗਏ ਇਹ ਗੈਂਗਸਟਰ ਪੈ ਗਿਆ, ਉਹ ਦੋਵੇਂ ਭਰਾ ਉਹਦੇ ਮਗਰ ਮੋਟਰਸਾਈਕਲ ਲੈ ਕੇ ਦੌੜੇ, ਅੱਗੋਂ ਪੁਲਿਸ ਨਹੀਂ ਆਈ। ਇੱਕ ਪਿੰਡ ਗਿੱਲਾਂ ਵਾਲੀ, ਉੱਥੇ ਰਤਨ ਸਿੰਘ ਦਾ ਪਿੰਡ ਆ ਮੂੜੋ ਵਾਲੀ, ਐਸ ਐਚ ਓ ਉਸ ਟਾਈਮ ਦਾ ਕਰੀ ਜਾਏ, ਮੇਰੀ ਵਾਈਫ ਨੇ ਟੈਲੀਫੋਨ ਕੀਤਾ ਫਿਰ ਕਿ ਐਸ ਐਚ ਓ ਸਾਹਿਬ ਚੋਰ ਫੜ ਕੇ ਬੈਠੇ। ਅਕਾਲੀ ਦਲ ਦੀ ਜਿਹੜੀ ਮੈਂ ਇੱਕ ਚੀਜ਼ ਦੱਸ ਦੇਣੀ ਚਾਹੁੰਦਾ ਕਿ ਅਕਾਲੀ ਦਲ ਪੰਜਾਬ 'ਚ ਮਰਦਾ ਅਤੇ ਪੰਜਾਬ ਦਾ ਨੁਕਸਾਨ ਹੋਏਗਾ, ਔਰ ਮੇਰਾ ਖਿਆਲ ਹੈ ਕਿ ਮੇਰੇ ਤੋਂ ਸਿਵਾਏ ਕੋਈ ਕਾਂਗਰਸੀ ਇਹ ਗੱਲ ਨਹੀਂ ਕਹਿੰਦਾ। ਮੈਂ ਪੰਜਾਬ ਦੀ ਬਿਹਤਰੀ ਲਈ ਇਹ ਕਹੂੰਗਾ ਕਿ ਸੁਖਬੀਰ ਸਿੰਘ, ਕਿਰਪਾ ਕਰਕੇ ਅਕਾਲੀ ਦਲ ਬਚਾਉਣ ਲਈ ਤੂੰ ਬਿਜ਼ਨਸ ਕਰ, ਤੇਰਾ ਇੰਟਰਸਟ ਬਿਜ਼ਨਸ ਆ, ਅਤੇ ਅਕਾਲੀ ਦਲ ਨੂੰ ਬਚਾਉਣ ਲਈ ਕੋਈ ਇੱਕ ਬੰਦਾ ਖੜਾ ਕਰ ਦੇ ਜਿਹੜਾ ਪੰਜਾਬ 'ਚ ਸਿੱਖਾਂ ਦੀ ਹੋਂਦ ਨੂੰ ਬਰਕਰਾਰ ਰੱਖ ਸਕੇ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨੂੰ ਬਰਕਰਾਰ ਰੱਖ ਸਕੇ। ਆ ਬੈਠੇ ਨੇ ਲਾਗੇ ਸੱਚਰ ਸਾਹਿਬ ਤੁਹਾਡੀ ਜਿਹੜੀ ਚੀਫ ਖਾਲਸਾ ਦੀਵਾਨ ਆ ਉਹਦੇ ਵਿੱਚ RSS ਨੇ ਸਿੱਧੇ ਰੂਪ 'ਚ ਇਲੈਕਸ਼ਨ ਲੜੀ ਕਿ ਨਹੀਂ ਲੜੀ? ਬਿਲਕੁਲ, ਜਿੱਦਣ ਸਾਡੀ ਸਿੱਖ ਔਰਗਨਾਈਜੇਸ਼ਨ ਇੰਸਟੀਟਿਊਸ਼ਨ ਹੈ ਜਿਹੜੀ ਉਹਦੇ 'ਚ RSS ਜਿੱਦਣ ਤੱਕ ਦੇਗੀ ਅਤੇ ਸਿੱਖੀ ਦਾ ਘਾਣ ਹੋ ਜਾਏਗਾ, ਅਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ RSS ਦੇ ਨੂੰ ਰਾਸ਼ਟਰੀ ਸਿੱਖ ਸੰਗਤ ਕਹਿੰਦੇ ਨੇ, ਉਹ ਸਿੱਖੋ ਬਾਜੋ, ਬੇਸ਼ੱਕ ਅਕਾਲੀ ਦਲ ਮਾੜਾ ਕੋਲ ਕਚੋਰ ਆ, ਪਰ ਉਹ ਗੁਰੂ ਦੇ ਬਰਖਿਲਾਫ ਨਹੀਂ ਜਾਣਾ। ਮੈਂ ਕਾਂਗਰਸੀ ਨਹੀਂ ਹਾਂ, ਮੈਂ ਉਹਨਾਂ ਦੇ ਬਹੁਤ ਬਰਖਿਲਾਫ ਹਾਂ। ਸੁਖਬੀਰ ਬਾਦਲ ਸਿਰਫ ਬਿਜ਼ਨਸ ਕਰ ਰਿਹਾ ਪਰ ਅਕਾਲੀ ਦਲ ਨੂੰ ਡੋਬ ਰਿਹਾ, ਇਹਦੇ 'ਚ ਸੋਚਣਾ ਪਏਗਾ। ਮੈਂ ਇਹਨਾਂ ਸਾਰਿਆਂ ਨੂੰ ਜਿਹੜੇ ਕਹਿੰਦੇ ਆ ਨਾ, ਉਹ 5-7 ਜਾਣੇ ਇਕੱਠੇ ਹੋਏ ਆ, ਉਹ ਇਕੱਠੇ ਹੋ ਕੇ ਬਾਦਲ ਬਾਅਦ 'ਚ ਮਾਰ ਲਿਓ, ਪਹਿਲਾਂ ਸਿੱਖੀ ਬਚਾ ਲਓ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮਿਨਿਸਟਰ ਪੰਜਾਬ। ਤੁਹਾਨੂੰ ਸਭ ਨੂੰ ਪਤਾ ਕਿ ਪੰਜਾਬ ਦੇ ਅੰਦਰ ਪੰਚਾਇਤੀ ਰਾਜ ਦੀਆਂ ਚੋਣਾਂ ਹੋ ਰਹੀਆਂ, ਪੰਜਾਬ ਦੇ ਲੋਕ ਪਿੰਡਾਂ ਦੇ ਵਿੱਚ ਆਪਣੀਆਂ ਪੰਚਾਇਤਾਂ ਚੁਣ ਰਹੇ, ਸਰਪੰਚ ਬਣਾ ਰਹੇ, ਔਰ ਬਹੁਤ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜਾ ਸਰਬਸੰਮਤੀ ਦੇ ਨਾਲ ਪਹਿਲੀ ਵਾਰ ਐਡੀ ਵੱਡੀ ਗਿਣਤੀ ਦੇ ਵਿੱਚ ਸਰਬਸੰਮਤੀ ਨਾਲ ਜਿਹੜੀਆਂ ਪੰਚਾਇਤਾਂ ਬਣ ਰਹੀਆਂ, ਪਰ ਪੰਜਾਬ ਕਾਂਗਰਸ ਅਤੇ ਪੰਜਾਬ ਕਾਂਗਰਸ ਦੇ ਆਗੂ ਜਿਹੜੇ ਆ ਉਹ ਇਸ ਮੌਕੇ 'ਤੇ ਵੀ ਜਦੋਂ ਲੋਕ ਬੜੇ ਸ਼ਾਂਤੀਪੂਰਵਕ ਢੰਗ ਦੇ ਨਾਲ ਆਪ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਚੋਣ ਰਹੇ, ਇਹਦੇ ਵਿੱਚ ਵੀ ਰੰਗ 'ਚ ਭੰਗ ਜਿਹੜੀ ਉਹ ਪਾ ਦੇ। ਤੁਸੀਂ ਦੇਖਿਆ ਹੋਣਾ ਪਿਛਲੇ 2 ਦਿਨ ਤੋਂ ਗੁਰਦਾਸਪੁਰ ਦੇ ਵਿੱਚ ਜਿਹੜਾ ਤਮਾਸ਼ਾ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਕੀਤਾ, ਸੁਖਜਿੰਦਰ ਸਿੰਘ ਰੰਧਾਵੇ ਨੇ, ਔਰ ਜੋ ਸੁਖਜਿੰਦਰ ਸਿੰਘ ਰੰਧਾਵਾ ਬੋਲ ਰਿਹਾ ਉਹਨੇ ਬੜੀ ਘਟੀਆ ਸ਼ਬਦਾਵਲੀ ਬੋਲੀ ਕਿ ਜਿਹੜੀ ਆਮ ਆਦਮੀ ਪਾਰਟੀ ਉਹ ਗੈਂਗਸਟਰਾਂ ਦਾ ਜਿਹੜਾ ਆਸਰਾ ਲੈ ਰਹੀ ਹੈ। ਮੈਂ ਸੁਖੀ ਰੰਧਾਵੇ ਨੂੰ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਕਦੀ ਵੀ, ਅਸੀਂ ਨਾ ਕਿਸੇ ਨਸ਼ਾ ਮਾਫੀਆ ਦਾ, ਨਾ ਕਦੀ ਕਿਸੇ ਗੈਂਗਸਟਰ ਦਾ, ਨਾ ਕਿਸੇ ਕਿਸੇ ਗੁੰਡਾ ਬਦਮਾਸ਼ ਦਾ ਨਾ ਸਹਿਯੋਗ ਕੀਤਾ, ਨਾ ਕਿਸੇ ਨੂੰ ਸੁਰੱਖਿਆ ਛਤਰੀ ਦਿੱਤੀ, ਨਾ ਕਿਤੇ ਅੱਜ ਇਲੈਕਸ਼ਨ ਦੇ ਵਿੱਚ ਇੱਦਾਂ ਹੋ ਰਿਹਾ। ਸੁਖੀ ਰੰਧਾਵਾ ਇਹ ਗੱਲ ਕਹਿ ਰਿਹਾ ਜਿਹਦੇ ਬਾਰੇ 'ਚ ਸਾਰੇ ਪੰਜਾਬ ਨੂੰ ਪਤਾ ਹੈ, ਵਿਧਾਨ ਸਭਾ ਦੇ ਵਿੱਚ ਰੌਲਾ ਪੈਂਦਾ ਰਿਹਾ, ਉਹ ਤੋਂ ਬਾਅਦ ਕਈ ਵਾਰ ਰੌਲਾ ਪਿਆ ਕਿ ਮੁਖਤਾਰ ਅੰਸਾਰੀ ਤੋਂ ਲੈ ਕੇ ਉਹਦੇ ਆਪਣੇ ਹਲਕੇ ਦੇ ਜਿਹੜੇ ਗੈਂਗਸਟਰ ਨੇ ਕੀ ਕੁਝ ਹੋਇਆ, ਜੇਲ੍ਹਾਂ ਦੇ ਵਿੱਚ ਕੀ ਕੁਝ ਹੁੰਦਾ ਰਿਹਾ, ਗੈਂਗਸਟਰ ਪੈਦਾ ਕੀਤੇ ਪੰਜਾਬ ਦੇ ਵਿੱਚ ਕਾਂਗਰਸ ਨੇ, ਪਹਿਲਾਂ ਅੱਤਵਾਦ ਪੈਦਾ ਕੀਤਾ, ਫਿਰ ਗੈਂਗਸਟਰ ਪੈਦਾ ਕੀਤੇ, ਫਿਰ ਜਿਹੜਾ ਪੰਜਾਬ ਦੇ ਅੰਦਰ
ਗੈਂਗਸਟਰਾਂ ਦੀ ਜਿਹੜੀ ਸਿਆਸੀ ਮਤਲਬ ਜਿਹੜੀ ਪਨਾਹ ਦੇਣੀ, ਇਹ ਕਾਂਗਰਸ ਦੇ ਪੰਜਾਬ ਦੇ ਵਿੱਚ ਇਹ ਕਲਚਰ ਜਿਹੜਾ ਸ਼ੁਰੂ ਕੀਤਾ। ਔਰ ਅੱਜ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਹੋਏ ਲਈ ਮੇਨ ਤੌਰ 'ਤੇ ਮੁੱਖ ਤੌਰ 'ਤੇ ਕਾਂਗਰਸ ਪਾਰਟੀ ਜ਼ਿੰਮੇਵਾਰ ਆ। ਔਰ ਸਭ ਤੋਂ ਵੱਡਾ ਸੁੱਖੀ ਰੰਧਾਵਾ, ਕਿਉਂਕਿ ਪਿਛਲੀ ਸਰਕਾਰ ਦੇ ਵਿੱਚ ਉਹ ਡਿਪਟੀ ਮਤਲਬ ਮੁੱਖ ਮੰਤਰੀ ਸੀਗਾ, ਔਰ ਗ੍ਰਹਿ ਮੰਤਰਾਲਾ ਉਹਦੇ ਕੋਲ ਸੀਗਾ, ਜੇਲ੍ਹਾਂ ਦਾ ਡਿਪਾਰਟਮੈਂਟ ਉਹਦੇ ਕੋਲ ਸੀਗਾ। ਔਰ ਜੇਲ੍ਹਾਂ ਦੇ ਅੰਦਰ ਜਾ ਕੇ ਗੈਂਗਸਟਰਾਂ ਨੂੰ ਉਹ ਕਿੱਦਾਂ ਮਿਲਦੇ ਰਹੇ, ਕਿੱਦਾਂ ਮੁਖਤਾਰ ਅੰਸਾਰੀ ਉਹਨਾਂ ਨੂੰ ਸ਼ਰਮ ਦਿੰਦੇ ਰਹੇ, ਇਹ ਸਾਰੀ ਦੁਨੀਆ ਨੇ ਦੇਖਿਆ ਔਰ ਸਾਰੀ ਦੁਨੀਆ ਨੂੰ ਪਤਾ ਹੈ। ਸੋ ਮੈਂ ਰੰਧਾਵਾ ਸਾਹਿਬ ਨੂੰ ਕਹੂੰਗਾ ਕਿ ਸਰ, ਬੋਲਣ ਤੋਂ ਪਹਿਲਾਂ ਆਪਣੀ ਮੰਜੀ ਥੱਲੇ ਸੋਟਾ ਫੇਰ ਲਓ, ਆਪਣਾ ਆਪ ਦੇਖ ਲਓ, ਤੁਹਾਡੀ ਕਾਂਗਰਸ ਨੇ ਹੁਣ ਤੱਕ ਕੀ ਕੀਤਾ। ਤੁਹਾਡੀ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਵਿਰੋਧੀ ਫੈਸਲੇ ਕੀਤੇ, ਤੁਹਾਡੀ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦੇ ਅੰਦਰ ਕਦੀ ਅੱਤਵਾਦ ਪੈਦਾ ਕੀਤਾ, ਕਦੀ ਗੈਂਗਸਟਰ ਪੈਦਾ ਕੀਤੇ, ਕਦੀ ਕੁਛ ਕਦੀ ਕੁਛ, ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਜਿਹੜਾ ਉਹ ਗਲਤ ਰਾਹ ਤੋਰਨ ਦੀ ਕਾਂਗਰਸ ਨੇ ਜਿਹੜੀ ਉਹ ਕੋਸ਼ਿਸ਼ ਕੀਤੀ। ਸੋ ਮੈਂ ਮਤਲਬ ਜਿਹੜਾ ਰੰਧਾਵਾ ਸਾਹਿਬ ਦੇ ਬਿਆਨ ਦੀ ਨਿੰਦਾ ਵੀ ਕਰਦਾ, ਔਰ ਰੰਧਾਵਾ ਸਾਹਿਬ ਨੂੰ ਮੈਂ ਕਹਿੰਦਾ ਕਿ ਸਰ, ਸੋਚ ਕੇ ਗੱਲ ਕਰੋ, ਆਪਣੇ ਮੰਜੇ ਥੱਲੇ ਸੋਟਾ ਮਾਰੋ, ਮੋਤੀਆਂ ਲਿਓ, ਹੋਰ ਨਾ ਕਿਸੇ ਦੀ ਗੱਲ ਕਰੋ। ਸਾਡਾ ਕਦੀ ਵੀ ਸਾਡੀ ਪਾਰਟੀ ਦਾ, ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਕਿਸੇ ਵੀ ਕਦੀ ਬੈਡ ਐਲੀਮੈਂਟ ਦੇ ਨਾਲ, ਕਦੀ ਵੀ ਕਿਸੇ ਸਮਗਲਰ ਦੇ ਨਾਲ, ਕਦੀ ਵੀ ਕਿਸੇ ਗੈਂਗਸਟਰ ਦੇ ਨਾਲ, ਕਦੀ ਵੀ ਸਾਡੇ ਕਿਸੇ ਆਗੂ ਦਾ ਕੋਈ ਸੰਬੰਧ ਨਹੀਂ ਰਿਹਾ। ਇਹ ਸਭ ਸੰਬੰਧ ਤੁਹਾਡੇ ਰਹੇ, ਤੁਸੀਂ ਮਾਝੇ ਦੇ ਵਿੱਚ ਮੋਦੀ ਰਹੇ ਗੈਂਗਸਟਰਾਂ ਨੂੰ ਜਿਹੜਾ ਸ਼ਰਨ ਦੇਣ ਦੇ ਵਿੱਚ। ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਭੁੱਲ ਜਾਓ ਕਿ ਹੁਣ ਮਾਝੇ ਦੇ ਲੋਕ ਕਿਤੇ ਤੁਹਾਨੂੰ ਮਾਫ਼ ਕਰਨਗੇ। ਜੋ ਤੁਸੀਂ ਕਰ ਰਹੇ ਹੋ ਸਰ ਜੀ, ਤੁਸੀਂ ਪੰਜਾਬ ਵਿੱਚ ਜਾਂ ਮਾਝੇ ਵਿੱਚ ਐਤਕਾਂ ਪੰਚਾਇਤਾਂ 'ਚ ਤੁਹਾਡਾ ਕਿਤੇ ਪੈਰ ਨਹੀਂ ਲੱਗਣਾ, ਕਿਸੇ ਮਾਝੇ ਵਾਲੇ ਨੇ ਤੁਹਾਨੂੰ ਵੋਟ ਨਹੀਂ ਪਾਉਣੀ, ਤੁਸੀਂ ਐਵੇਂ ਫੋਕੇ ਦਾਬੇ ਦੁਬੇ ਨਾ ਮਾਰੋ। ਤੁਹਾਡੇ ਬਾਰੇ ਸਭ ਕੁਝ ਅਸੀਂ ਜਾਣਦੇ ਹਾਂ। ਔਰ ਆਮ ਆਦਮੀ ਪਾਰਟੀ ਜਿਹੜੀ ਆ ਪਿੰਡਾਂ ਦੇ ਵਿੱਚ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਬੜੀਆਂ ਨਿਰਪੱਖ ਸ਼ਾਂਤੀਪੂਰਨ ਚੋਣਾਂ ਜਿਹੜੀਆਂ ਉਹ ਕਰਾਈਆਂ ਜਾ ਰਹੀਆਂ। ਅਸੀਂ ਮਤਲਬ ਪਹਿਲਾਂ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਸੀਗਾ ਕਿ ਐਤਕਾਂ ਮਤਲਬ ਜਿਹੜਾ ਉਹ ਸਿਆਸੀ ਪਾਰਟੀ ਦਾ ਨਹੀਂ, ਐਤਕਾਂ ਪਿੰਡਾਂ ਦਾ ਸਰਪੰਚ ਬਣੂਗਾ, ਅਸੀਂ ਉਹ ਬਣਾ ਰਹੇ ਹਾਂ। ਅਤੇ ਉਹ ਬਣਾਉਂਦਿਆਂ ਅਸੀਂ ਕੋਈ ਵੀ ਗਲਤ ਜਿਹੜਾ ਕੰਮ ਨਹੀਂ ਕਰ ਰਹੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।